ਥੋੜੀ ਜਿਹੀ ਮਿਸਟੇਕ ਹੈ ਉਹ ਸਾਡੇ ਕੋਲ ਵੀ ਹੋ ਜਾਂਦੀ ਹੈ। ਚੁੱਕਿਆ ਅਲਹਮਦੁਲਿਲਾ ਮੈਂ 6 ਸਾਲ ਦੇ ਵਿੱਚ ਉਲਾਮਾ ਦੇ ਪੇਪਰ ਦੇ ਰਿਹਾ, ਆਮਾ ਖਾਸਾ ਔਰ ਆਲੀਆ ਤਿੰਨ ਕਲਾਸਾਂ ਫਿਰ 8 ਸਾਲ ਜੰਨਤਾਂ ਦੇ ਕੋਠੇ ਵੇਚਦਾ ਇਬਰਾਰ ਭਾਈ ਥੋੜੀ ਜਿਹੀ ਜੰਨਤਾਂ ਦੇ ਕੋਠੇ ਵੰਡਦਾ ਉਹ ਵੇਚ ਨਹੀਂ ਸਕਦੇ ਉਹ ਵੰਡ ਨਹੀਂ ਸਕਦੇ ਨੇ। ਇੰਤਹਾਈ ਮਾਜ਼ਰਤ ਮੈਂ ਆਪਣੀ ਨਾਕਸ ਰਹਿ ਦਿੱਤੀ ਹੈ, ਅੱਲਾਹ ਪਾਕ ਕਬੂਲ ਫਰਮਾਏ। ਉੱਚੀ ਆਖੋ ਸੁਭਾਨ ਅੱਲਾਹ। ਕੌਣ ਅਲੀ? ਇਬਰਾਰ ਭਾਈ ਨੇ ਨਾਰਾ ਲਵਾਇਆ ਅਲੀ, ਮੈਂ ਪੜ੍ਹਨਾ ਚਾਹੁੰਦਾ ਵੀ ਕੌਣ ਅਲੀ? ਤੁਸੀਂ ਉੱਚੀ ਆਖੋ ਸੁਭਾਨ ਅੱਲਾਹ। ਜਿਹਦੀ ਕਾਬੇ ਵਿੱਚ ਪੈਦਾਇਸ਼ ਹੋਵੇ ਫਿਰ ਸ਼ਾਇਦ ਅਗਲੇ ਸਾਲ ਤੱਕ ਮੇਰੀ ਡੇਟ ਨਾ ਹੀ ਲੱਭ ਸਕੇ। ਇਹ ਤਾਂ ਜੋ ਖੁਸ਼ੀ ਦਾ ਮੌਕਾ ਤੇ ਅੱਲਾਹ ਦੀ ਇੱਜ਼ਤ ਦੀ ਕਸਮ, ਮਸਰੂਫੀਅਤ ਇੰਨੀ ਕੇ ਔਰ ਸਾਰੇ ਮੁਖਲਿਸ ਭਾਈਆਂ ਦੀ ਦੁਆਵਾਂ ਦਾ ਸਦਕਾ ਹੈ। ਤੇ ਅੱਜ ਕਹਿ ਲਓ ਲਾਈ ਵੀ ਕਹਿ ਲਓ ਸੁਭਾਨ ਅੱਲਾਹ। ਕੌਣ ਅਲੀ? ਇਬਰਾਰ ਭਾਈ ਤਵੱਜੋ ਫਰਮਾਣਾ, ਕੌਣ ਅਲੀ ਕਿ ਜਿਹਦੀ ਕਾਬੇ ਵਿੱਚ ਪੈਦਾਇਸ਼ ਹੋਵੇ ਉਹ ਵਲੀ ਨਾ ਹੋਵੇ ਤੇ ਕੀ ਹੋਵੇ? ਜੋ ਬਖਸ਼ ਦੇਵੇ ਕਤਾਰ ਸਵਾਲੀਆਂ ਨੂੰ ਉਹ ਸਖੀ ਨਾ ਹੋਵੇ ਤੇ ਕੀ ਹੋਵੇ? ਜਿਹਦੇ ਹੱਥ ਕੈਨਾਤ ਦੀ ਬੈਤ ਹੋਵੇ ਉਹ ਵਸੀ ਨਾ ਹੋਵੇ ਤੇ ਕੀ ਹੋਵੇ? ਜੁਮਲਾ ਜ਼ਾਇਆ ਨਾ ਕਰੀ, ਜਿਹਦੇ ਘਰ ਰਸੂਲ ਦੀ ਧੀ ਹੋਵੇ ਉਹ ਅਲੀ ਨਾ ਹੋਵੇ ਤੇ ਕੀ ਹੋਵੇ? ਕਾਬੇ ਦਾ ਸੀਨ ਹੈ, ਕਾਬੇ ਦਾ ਸੀਨ ਹੈ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਉੱਥੇ ਮੌਜੂਦ ਨੇ ਤੇ ਮੌਲਾ ਅਲੀ ਸ਼ੇਰੇ ਖੁਦਾ ਵੀ ਖੜੇ ਨੇ ਤੇ ਫਰਮਾਇਆ ਅਲੀ ਮੇਰੇ ਕੰਧਿਆਂ ਤੇ ਸਵਾਰ ਹੋ ਗਿਆ। ਐਡੀ ਡਿੱਲੀ ਸੁਭਾਨ ਅੱਲਾਹ, ਕਾਇਨਾਤ ਦੇ ਵਾਲੀ ਦੇ ਕੰਧੇ ਤੇ ਮੌਲਾ ਅਲੀ ਸਵਾਰ ਹੋਵੇ ਤੇ ਮਲੰਗਾ ਦੀ ਐਡੀ ਡਿੱਲੀ ਸੁਭਾਨ ਅੱਲਾਹ। ਫਰਮਾਇਆ ਅਲੀ ਮੇਰੇ ਕੰਧਿਆਂ ਤੇ ਸਵਾਰ ਹੋ ਜਾ, ਫਿਦਾ ਕਾ ਬੀ ਵਉਮੀ ਯਾ ਰਸੂਲ ਅੱਲਾਹ, ਹਜ਼ੂਰ ਮੇਰਾ ਮਾਂ ਬਾਪ ਕੁਰਬਾਨ ਜਾਵੇ, ਹਜ਼ੂਰ ਕਰਾਂ ਕੀ? ਆ ਫਰਮਾਇਆ ਇੱਕ ਕੁਲ ਹੁਵੱਲਾਹੁ ਅਹਦ, 360 ਨਹੀਂ ਇਹਨਾਂ ਨੂੰ ਗਿਰਾ ਦਿਓ। ਤਵੱਜੋ ਫਰਮਾਣੀ, ਬੜੀ ਬੜੀ ਪਿਆਰ ਵਾਲੀ ਗੱਲ ਹੈ। ਤੇ ਕੁਝ ਲੋਕਾਂ ਨੇ ਆਖਿਆ ਮੌਲਾ ਅਲੀ ਸ਼ੇਰੇ ਖੁਦਾ ਸਵਾਰ ਹੋ ਗਏ ਕੰਧਿਆਂ ਤੇ, ਹਜ਼ੂਰ ਨੇ ਫਰਮਾਇਆ ਅਲੀ ਕਿੱਥੇ ਪਹੁੰਚੇ ਹੋ? ਅਲੀ ਕਿੱਥੇ ਪਹੁੰਚੇ ਹੋ? ਅਲੀ ਕਿੱਥੇ ਪਹੁੰਚੇ ਹੋ? ਤੇ ਫਰਮਾਇਆ ਹਜ਼ੂਰ ਅਗਰ ਇਜਾਜ਼ਤ ਦਿਓ ਤੇ ਇਹ ਅਰਸ਼ ਨੂੰ ਫੜ ਕੇ ਥੱਲੇ ਖਿੱਚ ਕੇ ਜ਼ਮੀਨ ਤੇ ਲੈ ਆਵਾਂ। ਤੇ ਕੁਝ ਲੋਕਾਂ ਨੇ ਆਖਿਆ ਵੀ ਯਾ ਅਲੀ ਮਦਦ ਬੂਹੇ ਤੇ ਲਿਖਣਾ ਚਾਹੀਦਾ ਹੈ, ਕੁਝ ਨੇ ਆਖਿਆ ਗੱਡੀ ਤੇ ਲਿਖਣਾ ਚਾਹੀਦਾ ਹੈ, ਕਿਸੇ ਨੇ ਆਖਿਆ ਨਹੀਂ ਲਿਖਣਾ ਚਾਹੀਦਾ, ਆਪਣੇ ਆਪਣੇ ਫਿਰਕੇ ਦੀ ਗੱਲ ਹੈ। ਲੇਕਿਨ ਅਸੀਂ ਕੀ ਆਨੇ ਹੈ ਔਰ ਦਲੀਲ ਕੀ ਹੈ ਵੀ ਯਾ ਅਲੀ ਮਦਦ ਕਹਿਣਾ ਚਾਹੀਦਾ ਜਾਂ ਨਹੀਂ ਕਹਿਣਾ ਚਾਹੀਦਾ? ਉੱਚੀਆ ਖੁਸ਼ਬਾਨ ਦਲੀਲ ਸੁਣ ਲਓ। ਕੱਲ ਸਵੇਰੇ ਇੱਥੇ ਉੱਠ ਕੇ ਮਹੱਲੇ 'ਚ ਕੋਈ ਦਲੀਲ ਲੈਣਾ ਚਾਹੇ ਤੇ ਦੇ ਦਿਆ ਜੇ, ਉਹਨਾਂ ਨੇ ਦੱਸਿਆ ਜੇ ਬਿਮਾਰ ਵੀ ਨਾ ਕਹੀ ਵੀ ਇੱਕ ਤੋਹਫਾ ਦੇ ਗਿਆ। ਉੱਚੀਆ ਖੁਸ਼ਬਾਨ ਅਗਰ ਕਹਿਣਾ ਨਜਾਇਜ਼ ਹੈ ਤੋ ਪੁੱਛੋ ਨਬੀ ਸੇ ਕਿ ਖੈਬਰ ਮੇ ਬੁਲਾਇਆ ਕਿਉਂ ਥਾ? ਉਧਰ ਫਤਵਾ ਲਾਓ ਹਜ਼ੂਰ ਤੇ ਸਾਨੂੰ ਕੀ ਪੁੱਛਦੇ ਹੋ? ਅਸੀਂ ਤਾਂ ਦੀਵਾਨੇ ਹੈ। ਕੋਈ ਦੀਵਾਨਾ ਬੈਠਾ ਤੇ ਖੜਾ ਹੋ ਕੇ ਨਾਰਾ ਲਾਵੇ ਜ਼ਰਾ। ਅੱਲਾਹ ਖੜੇ ਹੋ ਕੇ, ਖੜੇ ਹੋ ਕੇ ਯਾ ਰਸੂਲ ਅੱਲਾਹ, ਯਾ ਅਲੀ ਕਾਬੇ ਮੇ, ਕਾਬੇ ਮੇ ਕਾਂਧੋ ਪੇ ਉਠਾਇਆ ਕਿਉਂ ਥਾ? ਬਾਜ਼ੂ ਪਕੜ ਕੇ ਬਿਸਤਰ ਪੇ ਲਿਟਾਇਆ ਕਿਉਂ ਥਾ? ਯਾ ਅਲੀ ਬਦਲ ਅਗਰ ਕਹਿਣਾ ਨਜਾਇਜ਼ ਹੈ ਤੋ ਪੁੱਛੋ ਨਬੀ ਸੇ ਕਿ ਖੈਬਰ ਮੇ ਬੁਲਾਇਆ ਕਿਉਂ ਥਾ? ਹਾਦਰੀ 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 ਹਾਦਰੀ।
یالی مدد اگر کہنا ناجائز ہے تو پوچھو نبی سے، پوچھو نبی سے کہ خیبر میں بلایا کیوں تھا۔ اگلے سنا خبر دامن میرے کو وقت ہے، میں تھوڑا تھوڑا ہوں گیا تو میں کمرشل بریک دی طرح آنا تو جلدی نہ لنگ جانا۔ اچھی آنکھو ذرا نعرہ تکبیر، نعرہ تکبیر، پھر سوچ لو نعرہ تکبیر۔ جمیل فریدی صاحب نے پڑھنا ہے تو تسی اچھی بولو نعرہ تکبیر، نعرہ تکبیر، نعرہ رسالت، نعرہ رسالت، نعرہ رسالت، نعرہ ماشاءاللہ۔